ਨਾ ਇੰਨਾ ਗੰਦ ਪੈ ਜਾਂਦਾ ਕੋਈ ਹਿਸਾਬ ਨਹੀਂ ਆ ਸੱਚੀ ਨਾ ਮੈਂ ਕੰਮ ਕਰਕੇ ਥੱਕ ਹੀ ਗਈ ਆ ਇੱਕ ਜਿੰਨਾ ਮਰਜ਼ੀ ਕੰਮ ਕਰ ਲਓ ਸੱਸਾਂ ਨੇ ਕਿਹਦਾ ਨਾ ਕਰਨਾ ਹੁੰਦਾ ਕਿ ਇਹ ਕੰਮ ਕਰਦੀ ਆ ਆਪਣਾ ਹੀ ਆ ਕਿ ਸਾਰਾ ਮੈਂ ਹੀ ਕਰਦੀ ਆ ਇੱਕ ਕਿੰਨਾ ਚਿਰ ਹੋ ਗਿਆ ਅਜੇ ਤੱਕ ਆਉਣ ਦਾ ਨਾਂ ਨਹੀਂ ਲੈਣ ਦੀ ਜੇ ਮੈਂ ਜਾਵਾਂ ਨਾ ਆਪਣੇ ਪਿੰਡ ਤੇ ਇਹਨਾਂ ਨੂੰ ਸਾੜਾ ਹੀ ਪੈ ਜਾਂਦਾ ਸੱਤੇ ਕੱਪੜੇ ਅੱਗ ਲੱਗ ਜਾਂਦੀ ਇਹਨਾਂ ਨੂੰ ਕਦੇ ਮੈਨੂੰ ਨਹੀਂ ਇਹਨਾਂ ਨੇ 50 ਰੁਪਏ ਵੀ ਦਿੱਤੇ ਕਿ ਜਾ ਪਿੰਡ ਹੀ ਚੱਲ ਜਾ ਵੀ ਉਹ ਵੀ ਜੇ ਦੇ ਹੀ ਦੇਣ ਨਾ ਲੱਖ ਵਾਰੀ ਪੁੱਛਦੇ ਨੇ ਮੈਨੂੰ ਕਿੰਨੇ ਲਾਏ ਕੀ ਉਹ ਕੀ ਨਹੀਂ ਇਹਨਾਂ ਦਾ ਤਾਂ ਨਾ ਸਿਆਪਾ ਮੇਰੇ ਕੋਲ ਤੇ ਹੁੰਦਾ ਹੀ ਨਹੀਂ ਆ ਆ ਲੈਂਦੇ ਘਰ ਫਿਰ ਕਰਦੀ ਆ ਗੱਲ ਇਹਨਾਂ ਨਾਲ लागे दूरों आया टाइम फेदा लग जा हो ਨਾਲੇ ਇਹ ਆ ਵੀ ਜਿੱਦਾਂ ਕਿ ਹਨੇਰੀਆਂ ਆਉਂਦੀਆਂ ਰਹੀਆਂ ਵਾ ਮੀਂਹ ਪੈਂਦੇ ਰਹੇ ਆ ਤੇ ਕਣਕਾਂ ਪੁੱਤ ਸਾਰੀਆਂ ਡਿੱਗ ਡੱਗ ਪਈਆਂ ਸੀ ਅੱਜ ਜਿੰਨੀ ਕੁ ਵੀ ਨਿਕਲ ਗਈ ਹੈ ਨਾ ਤੇ ਸਮਝ ਲੈ ਠੀਕ ਹੀ ਹੈ ਸਮੇਂ ਦੇ ਹਿਸਾਬ ਨਾਲ ਹਾਂਜੀ ਇਹ ਤੇ ਹੈ ਸਾਨੂੰ ਇਹ ਵੀ ਨਹੀਂ ਆਸ ਵੀ ਅਰਕੀ ਇਹ ਘਰ ਆਊਗੀ ਚੱਲ ਥੋੜੇ ਬਹੁਤੇ 4 ਰੁਪਏ ਵੱਟ ਲਏ ਆ ਪਿਛਲੇ ਲਾਥੇ ਆਣ ਗਏ ਅੱਗੋਂ ਫੇਰ ਲੈ ਲਾਂਗੇ ਆੜਤੀ ਅੱਗੋਂ ਤਾਂ ਆਪਣਾ ਕੰਮ ਚਲਾ ਲਾਂਗੇ ਮਾੜਾ ਮੋਟਾ ਠੀਕ ਆ ਕਿ ਨਹੀਂ ਹਾਂਜੀ ਨਾਲੇ ਥੋੜਾ ਬਹੁਤਾ ਫੜ ਕੇ ਠੇਕਾ ਠੁਕਾ ਦੇ ਦਾਂਗੇ ਤੇ ਬਾਕੀ ਮੰਮੀ ਹੁਣੀ ਵੀ ਹੈ ਨਹੀਂ ਜੇ ਘਰ ਕਿੱਥੇ ਗਏ ਆ ਉਹ ਰਪਿੰਦਰ ਕੋ ਗਏ ਸੀ ਅੱਧੇ ਹੀ ਮਾਂ ਪੁੱਤ ਅੱਛਾ ਅਜੇ ਤੱਕ ਨਹੀਂ ਆਏ ਨਾ ਉਹ ਤੇ ਆਏ ਨਹੀਂ ਆ ਕੰਮ ਹੀ ਕੋਈ ਕਰਦਾ ਗਏ ਆ ਕੀ ਪਤਾ ਮੰਮੀ ਕਿਹਦਾ ਦੱਸਦੀ ਆ ਨਾਲ ਲੈ ਕੇ ਚਲ ਗਈ ਆ ਅੱਛਾ ਚਲ ਆ ਜਾਂਦੇ ਆ ਫਿਰ ਕੋਈ ਗੱਲ ਨਹੀਂ ਤੇ ਸਾਈਕਲ ਤੇ ਵੀ ਨਹੀਂ ਜੇ ਗਏ ਮੋਟਰਸਾਈਕਲ ਤੇ ਗਏ ਜੇ ਮੋਟਰਸਾਈਕਲ ਤੇ ਉਹ ਮੰਗ ਲਿਆ ਕਿਸੇ ਦਾ ਡਾਦਨ ਦੀ ਮੰਗਣ ਮੰਮੀ ਚਲ ਮਰਦੀ ਆ ਉਹਦਾ ਤੇਲ ਪਾਉਣਗੇ ਤੇ ਕੀ ਬਚਣਾ ਫਿਰ ਚਲ ਕੋਈ ਨਹੀਂ ਹੁਣ ਜਿਹੜਾ ਮੋਟਰਸਾਈਕਲ ਆ ਉਹਨੇ ਤੇ ਤੇਲ ਖਾ ਕੇ ਜਾਣਾ ਵਾ ਨਾਲੇ ਅਗਲੇ ਦਾ ਸਾਨ ਵਾਧੂ ਦਾ ਜਿੰਨਾਂ ਦੀ ਚੀਜ਼ ਖੜੀ ਤੇ ਡੈਡੀ ਮੈਨੂੰ ਤੇ ਕਹਿੰਦੀ ਹੈ ਨਾ ਕਿ ਸਾਈਕਲ ਤੇ ਜਾਇਆ ਕਰ ਉਹ ਚੱਲ ਕੋਈ ਗੱਲ ਨਹੀਂ ਪੁੱਤਾਂ ਕਿਤੇ ਥੋੜਾ ਬਹੁਤਾ ਸੌਖਾ ਹੈਗਾ ਤਾਂ ਲੈ ਲਾਂਗੇ ਕਿਤੇ ਮਾੜਾ ਮੋਟਾ ਕੋਈ 10,000-20,000 ਖਰਚ ਨਹੀਂ ਹੁਣ ਤੁਸੀਂ ਕਣਕੋ ਲੋ ਵੀ ਮੈਂ ਨਹੀਂ ਜੇ ਅੱਗੇ ਤੋਂ ਜਾਣਾ ਕਰਨਾ ਸਾਈਕਲ ਕਣਕ ਪੁੱਤੇ ਜੀ ਥੋੜਾ ਹੋਈ ਆ ਵੀ ਹੁਣ ਮੋਟਰਸਾਈਕਲ ਨਵੇਂ ਲੈਂਦੇ ਫਿਰ ਗਏ ਇੰਨੇ ਦੇ ਆਪਣਾ ਮਹਾ ਟਾਈਮ ਜਿਆਦਾ ਚੱਲਣ ਡਿਆ ਤੇ ਚੱਲਦਾ ਕਿਤੇ ਵੇਖ ਲਿਓ ਨਾਲੇ ਹੁਣ ਪਾਲੀ ਦਾ ਠੇਕਾ ਵੀ ਦੇਣਾ ਪੈਣਾ ਵਾ ਜੇ ਨਾ ਦਿੱਤਾ ਪਾਲੀ ਹੱਥੋਂ ਨਿਕਲ ਜਾਣੀ ਆ ਉਹ ਵੀ ਪੈਸੇ ਚੁੱਕੇ ਦੇਣੇ ਪੈਣੇ ਆ ਤੇ ਰੋਟੀ ਰਾਟੀ ਖਾਣੀ ਚਾਹੀਦੀ ਆ ਵਾ ਰੋਟੀ ਖਾਣੇ ਆ ਘੜਕੇ ਠਾਰ ਕੇ ਠੀਕ ਹਾਂ ਮੰਮੀ ਪਕੌੜੇ ਮੈਂ ਤਾਂ ਪਕੌੜੇ ਕੱਢਣ ਲੱਗੀ ਸੀਗੀ ਅੱਛਾ ਅੱਛਾ ਤੇ ਕੁੜੀ ਨੇ ਜਾ ਕੇ ਮੇਰੇ ਹੱਥੋਂ ਫੜ ਲਿਆ ਕਿ ਨਹੀਂ ਮੰਮੀ ਤੇ ਜਾ ਕੇ ਮੰਮੀ ਲਾਗੇ ਬਹਿ ਨਹੀਂ ਭੈਣ ਜੀ ਪਕੌੜੇ ਨਹੀਂ ਖਾਣੇ ਹੈਗੇ ਘੜੀ ਬਹਿਨੇ ਗੱਲਾਂ ਬਾਤਾਂ ਕਰਨੇ ਨਹੀਂ ਜੇ ਰਸੋਈ ਜੀ ਕੰਮ ਕਰਦੇ ਰਹੇ ਤੇ ਕੀ ਫਾਇਦਾ ਆ ਜਾਂਦਾ ਵੀ ਉਹ ਤੇ ਗੱਲ ਤਾਂ ਵੀ ਠੀਕ ਵਾ ਪਰ ਫਿਰ ਵੀ ਤੁਸੀਂ ਕਿਹੜਾ ਤੁਰੇ ਜੇ ਨਹੀਂ ਕੋਈ ਗੱਲ ਨਹੀਂ ਪਕੌੜੇ ਪਕੌੜੇ ਨੇ ਆ ਥੋੜੇ ਦਿਨ ਹੀ ਹੋਏ ਅਜੇ ਕੱਢ ਕੇ ਖਾਧੇ ਸੀ ਬਹੁਤੇ ਵੀ ਕੱਢ ਕੇ ਖਾਈਏ ਤੇ ਬਿਮਾਰ ਹੀ ਹੋ ਜਾਈਦਾ ਵਾ ਅੱਛਾ ਅੱਛਾ ਚਲੋ ਉਹ ਤੇ ਗੱਲ ਠੀਕ ਆ ਤੁਹਾਡੀ ਤੇ ਭਾਜੀ ਗਏ ਕਿਤੇ ਨਹੀਂ ਇੱਥੇ ਹੀ ਆ ਅੱਛਾ ਹਾਂਜੀ ਠੀਕ ਇੱਥੇ ਬਾਹਰ ਹੀ ਗਏ ਬਣੇ ਕਿਤੇ ਸਾਰਾ ਦਿਨ ਸਫਾਈ ਕਰਦੀ ਰਹਿੰਦੀ ਆ ਮੰਮੀ ਆ ਵੀ ਇੱਥੇ ਵੀ ਗੰਦ ਵਾ ਮੰਮੀ ਇੱਥੇ ਵੀ ਗੰਦ ਵਾ ਤੇ ਮੈਂ ਕਿਹਾ ਚਲੋ ਵਧੀਆ ਤੁਹਾਡਾ ਘਰ ਵਾ ਸਾਂਭੋ ਚਲੋ ਕੋਈ ਗੱਲ ਨਹੀਂ ਤੁਸੀਂ ਹੁਣ ਕੰਮ ਨਾ ਕਰਿਆ ਕਰੋ ਹੁਣ ਸਗੋਂ ਨੂੰ ਡਾਇਆ ਕਰੋ ਨਾਲੇ ਇਹਨੂੰ ਸਮਝ ਹੋਏਗੀ ਵੀ ਮੈਂ ਕੰਮ ਕਰਨੀ ਹੈ ਨਹੀਂ ਨਹੀਂ ਭੈਣ ਜੀ ਕੰਮ ਤੇ ਬਹੁਤ ਕਰਦੀ ਆ ਸਿਆਣੀ ਆ ਕੁੜੀ ਚਲੋ ਵਧੀਆ ਸ਼ੁਕਰ ਇਹੋ ਹੀ ਮੈਂ ਅੱਜ ਜਦੋਂ ਕਿਤੇ ਜਾਂਦੀ ਆ ਮੈਂ ਇਹੋ ਸਮਝਾਉਂਦੀ ਵੀ ਪੁੱਤ ਆਪਣੀ ਸੱਸ ਨੂੰ ਨਾ ਕੰਮ ਨਾ ਕਰਨ ਦਿਆ ਕਰ ਆਪ ਕਰਿਆ ਕਰ ਹੁਣ ਹੁਣ ਤੇਰਾ ਟਾਈਮ ਹੋ ਤੇ ਜੇ ਭੈਣ ਜੀ ਤੁਸੀਂ ਸਾਰੀ ਉਮਰ ਕੰਮ ਕਰਦੇ ਰਹੇ ਹਾਂਜੀ ਕੀ ਫਾਇਦਾ ਹੋਇਆ ਨੂੰ ਧੀਆਂ ਦੇ ਵੀ ਹੁਣ ਤਾਂ ਜੀ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਇਹ ਕਿ ਥੋੜਾ ਬਹੁਤਾ ਕਰਦੇ ਰਹੋ ਤੇ ਸਿਰ ਵਧੀਆ ਦਿੰਦਾ ਵਾ ਚਲੋ ਕੋਈ ਨਹੀਂ ਉਹ ਤਾਂ ਭੈਣ ਜੀ ਤੁਹਾਡੀ ਆਪਣੀ ਮਰਜ਼ੀ ਆ ਪਰ ਮੈਂ ਤਾਂ ਤੁਹਾਨੂੰ ਇਹੋ ਕਹਿੰਦੀ ਆ ਤੁਸੀਂ ਬਿਲਕੁਲ ਕੰਮ ਨਾ ਕਰੋ ਇਹਨੂੰ ਸਭ ਸਾਰੀ ਜ਼ਿੰਮੇਵਾਰੀ ਦਿਓ ਇਹਨੂੰ ਪਤਾ ਹੈ ਕਿ ਕੰਮ ਕਰਨਾ ਨਹੀਂ ਨਹੀਂ ਭੈਣ ਜੀ ਜ਼ਿੰਮੇਵਾਰੀ ਮੈਂ ਸਾਰੀ ਦਿੱਤੀ ਆ ਅੱਛਾ ਅੱਛਾ ਮੈਂ ਤਾਂ ਕਹਿ ਤਾਂ ਪਹਿਲੇ ਦਿਨ ਹੀ ਕਿ ਤੁਹਾਡਾ ਘਰ ਆ ਪੁੱਤ ਤੁਸੀਂ ਸਾਂਭਣਾ ਵਾ ਤੁਸੀਂ ਇਹਨੂੰ ਸਵਾਰਨਾ ਵਾ ਤੁਸੀਂ ਸਭ ਕੁਝ ਕਰਨਾ ਵਾ ਹੈ ਤੇ ਸਿਆਣੀ ਸਮਝਦਾਰ ਆ ਹਾਂਜੀ ਹਾਂਜੀ ਉੱਥੇ ਵੀ ਇਹ ਸਾਰਾ ਕੰਮ ਕਰਦੀ ਮੈਨੂੰ ਨਹੀਂ ਕਰਨ ਦਿੰਦੀ ਅੱਛਾ ਹੁਣ ਸਗੋਂ ਮੈਨੂੰ ਥੋੜਾ ਬਹੁਤਾ ਓਟੀ ਦੇ ਨਾਲ ਕਰਨਾ ਪੈਂਦਾ ਅੱਛਾ ਅੱਛਾ ਵੀ ਚਲੋ ਵੀ ਨਿਆਣੀ ਆ ਕਿੰਨਾ ਕੁ ਇਕੱਲੀ ਕਰਦੀ ਰਹੇ ਹਾਂਜੀ ਨੇ ਧੀਆਂ ਦਾ ਸੁੱਖ ਬੜਾ ਹੁੰਦਾ ਵਾ ਹਾਂਜੀ ਮੰਮੀ
ਆਜੋ ਉਧਰੇ ਡਰਾਇੰਗ ਰੂਮ ਦੇ ਤੇ ਚਾਹ ਪੀ ਲਓ ਨਾਲੇ। ਚਲੋ ਕੋਈ ਨਹੀਂ ਆ ਗਈ ਹੈ ਡੈਡੀ। ਚਲਾ ਦਾ ਭੈਣ ਜੀ ਰੀਪਰ ਵਾਲੇ ਤੇ ਮੈਂ ਚੱਲ ਬਣਾ ਲਓ ਟਾਈਮ ਨਾਲ ਧੁੱਪ ਵੀ ਲੱਗੀ। ਹਾਂਜੀ ਹਾਂਜੀ ਇਸੇ ਕਰਕੇ ਹੋਰ ਸੁਣਾ ਤੂੰ ਠੀਕ ਜੀ। ਚਾਰ ਰੁਪਇਆ ਦਿੱਤਾ ਤੇ ਦੋ ਤੈਨੂੰ ਦੇਤਾ ਵੀ ਚੱਲ ਤੈਨੂੰ ਤੇ ਪਰਾਉਣੇ ਨੂੰ ਤੇ ਦੋ ਜਿਹੜਾ ਬਚ ਗਿਆ ਤੇ ਤੂੰ ਮੈਨੂੰ ਕਿਹਾ ਵੀ ਚੱਲ ਜੱਗੀ ਨਾ ਕੀ ਕੱਪੜੇ ਬਣਾ ਲਏ ਤੇ ਮੈਂ ਕਿਹਾ ਚੱਲ ਇਹਨੂੰ ਕਹਿ ਦਿੰਦੀ ਆ ਘੜੀ ਘੜੀ ਪੁੱਛਣਾ ਨਹੀਂ ਹਟਦਾ। ਪਹਿਲੀ ਗੱਲ ਤੇ ਮੈਨੂੰ ਪੈਂਦਾ ਪਤਾ ਕੀ ਕਹਿੰਦਾ ਕਹਿੰਦਾ ਤੂੰ ਇਹ ਕੁੜੀ ਨੂੰ 2000 ਰੁਪਇਆ ਦਿੱਤਾ ਸਾਨੂੰ ਤੇ ਤੂੰ ਪੁੱਛਿਆ ਕਿਸੇ ਨੂੰ ਬਗਾਨੀ ਜਿਹੜੀ ਆਈ ਉਹਦੇ ਹੱਥਾਂ ਤੇ ਚੜ ਜਾਂਦਾ ਝਾਟੀ ਕਰਕੇ ਉਸੇ ਵੇਲੇ ਜਾ ਕੇ ਘਰ ਦੀ ਦੇ ਕੱਪੜੇ ਬਣਵਾ ਲਿਆ ਆਪਣੇ ਵਾਸਤੇ ਪਤਾ ਨਹੀਂ ਲਿਆਂਦਾ ਕਿ ਨਹੀਂ ਲਿਆਂਦਾ। ਦੇਖਾਂ ਇਹਨਾਂ ਨੂੰ ਲੱਗਦਾ ਵੀ ਜਿਹੜਾ ਘਰ ਖਾਣ ਨੂੰ ਕੋਈ ਸੌਦਾ ਹੀ ਲੈ ਗਏ। ਨਾ ਨਾ ਇੰਨੀ ਸਮਝ ਹੈ ਨਹੀਂ ਗੀ ਜੇ ਇੰਨੀ ਸਮਝ ਆਵੇ ਤਾਂ ਘਾਟਾ ਕਾਹਦਾ। ਜੱਗੀ ਪੁੱਤ ਚੱਲ ਮੈਂ ਚੱਲੀ ਤੇਰੇ ਡੈਡੀ ਆ ਗਏ ਹੋਣੇ ਨਾਲੇ ਹੁਣ ਪੁੱਤ ਤੂੰ ਆਪਣੀ ਮੰਮੀ ਡੈਡੀ ਨਾਲ ਲੈ ਕੇ ਕੋਈ ਨੀ ਮਾੜਾ ਵੀ ਛੁੱਟੀ ਹੋਊਗੀ ਨਾ ਮੈਨੂੰ ਉਦੋਂ ਆਵਾਂਗੇ।
ਲਵਲੀ ਹਾਂਜੀ ਮੈਂ ਤੇ ਇਸੇ ਗੱਲ ਚ ਬੜੀ ਖੁਸ਼ ਹਾਂ ਹਾਂਜੀ ਤੇ ਬੜੇ ਚੰਗੇ ਆ ਵਿਚਾਰੇ ਬੜੇ ਭਲੇ ਮਾਸਾ ਪਰ ਇੱਕ ਗੱਲ ਆ ਹੈ ਗਰੀਬ ਜ਼ਰੂਰ ਆ ਪਰ ਦਿਲੋਂ ਬਹੁਤ ਚੰਗੇ ਆ ਹਰ ਗੱਲ ਨਾਲ ਜੀ ਜੀ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਹਨਾ ਨਹੀਂ ਵਾਦੂ ਬੋਲਦੇ ਨਹੀਂ ਉਦਾਂ ਆਹੋ ਹੈ ਚੰਗੇ ਚਲੋ ਸੁਭਾਅ ਚੰਗੇ ਵਧੀਆ ਆ ਹਨਾ ਚਲੋ ਕੁੜੀ ਵੀ ਸਾਨੂੰ ਚੰਗੀ ਮਿਲ ਗਈ ਆ ਓਏ ਆਹੋ ਸਾਰੇ ਜੀ ਚੰਗੇ ਆ ਚਲੋ ਇਹ ਆ ਵੀ ਘਰ ਚ ਹੈ ਤੇ ਗਰੀਬੀ ਆ ਵਿਚਾਰਿਆਂ ਦੀ ਕੱਟੀ ਜਾਊਗੀ ਹੌਲੀ ਹੌਲੀ ਨਹੀਂ ਨਹੀਂ ਕੋਈ ਗੱਲ ਨਹੀਂ ਮੁੰਡਾ ਕੇ ਪਾਸੇ ਲੱਗ ਗਿਆ ਤੇ ਚਲੋ ਨਹੀਂ ਹੋ ਜਾਣਾ ਸਭ ਕੁਝ ਵਧੀਆ ਹੋ ਜਾਣਾ ਉਹਨਾਂ ਦਾ ਵੀ ਬਾਕੀ ਲਵਲੀ ਗੱਲ ਆ ਯਾਰ ਇੱਕ ਚੋਰਾਂ ਵਾਲੀ ਹੈਰਾਨਗੀ ਹੋਈ ਆਹੋ ਉਹਦੀ ਨਹੀਂ ਸਮਝ ਲੱਗਣ ਦੀ ਕੋਈ 2.5-3 ਲੱਖ ਨੁਕਸਾਨ ਹੋ ਗਿਆ ਉਹਦਾ ਨਹੀਂ ਪਤਾ ਲੱਗਣ ਦਿਆ ਉਹ ਤੇ ਗੱਲ ਬਣ ਸੋਨਾ ਕਿਹੜਾ ਛੇਤੀ ਬਣਦਾ 60,000 ਹੋ ਗਿਆ ਹੁਣ ਉਹੀ ਨਾ ਉਹਦੀ ਨਹੀਂ ਸਮਝ ਲੱਗਣ ਦੀ ਵੀ ਅੱਗੇ ਨੇ ਕਦੀ ਹੋਇਆ ਨਹੀਂ ਅੱਗੇ ਨਹੀਂ ਪਿੱਛੇ ਨਹੀਂ ਨਾ ਰਿਸ਼ਤੇਦਾਰਾਂ ਨੇ ਕਦੀ ਸੁਣਿਆ ਵੀ ਚੋਰੀ ਹੋਈ ਆਹ ਪਹਿਲੀ ਵਾਰੀ ਸੁਣਿਆ ਮੇਰੀ ਗੱਲ ਸੁਣੋ ਹੁਣ ਚਲੋ ਜੋ ਹੋ ਗਿਆ ਵਾ ਨਾ ਉੱਥੇ ਪਾਓ ਮਿੱਟੀ ਤੇ ਕੁੜੀ ਲਾ ਕੇ ਬੋਤਾਂ ਨਾਲ ਲਿਓ ਓਏ ਆਹ ਮੈਂ ਸੋਚੂ ਕਿ ਹਰੇ ਮੈਨੂੰ ਸੁਣਾਉਂਦੇ ਆ ਵੀ ਮੇਰਾ ਨਾਲ ਆਉਂਦੇ ਆ ਠੀਕ ਨਹੀਂ ਇਸੇ ਕਰਕੇ ਤਾਂ ਮੈਂ ਨਾ ਹੀ ਨਹੀਂ ਲੈਂਦੀ ਮੈਂ ਤੇ ਇਹੋ ਕਹਿੰਦੀ ਆ ਚਲ ਕੋਈ ਨਹੀਂ ਪੁੱਤ ਜੋ ਹੋ ਗਿਆ ਠੀਕ ਆ ਮੈਂ ਹੋਰ ਬਣਾ ਦੂੰਗੀ ਹਾਂ ਓਏ ਇਸੇ ਗੱਲ ਦੇ ਝੋਨੇ ਫਿਰ ਬਣਾਣਾ ਵੀ ਕੋਈ ਨਹੀਂ ਦੱਸ ਗੱਲ ਉਹ ਵੀ ਇੱਥੇ ਹੈਗੀ ਹੋਰ ਰਹਿ ਗਈ ਹੈ ਨਾ ਉਹ ਚੱਲ ਯਾਰ ਕੁੜੀ ਸਾਨੂੰ ਚੰਗੀ ਪੈ ਗਈ ਹਾਂਜੀ ਸੋਨੇ ਦੀ ਕਿਹੜੀ ਗੱਲ ਸੋਨਾ ਤੇ ਫਿਰ ਬਣ ਜਾਊਗਾ ਮੈਂ ਕਹਿਣ ਨਹੀਂ ਵੀ ਨਾ ਹੀ ਨੂੰ ਲਵੋ ਇਹਦਾ ਬਿਲਕੁਲ ਇਹ ਕੰਮ ਦਾ ਨਾ ਜਿਗਰੀ ਨਾ ਕਰੋ ਉਹ ਬਾਕੀ ਇਹ ਆ ਕਿ ਜੇ ਉਹਦੇ 60 ਫਿੱਟ ਲਾ ਜਿੰਦੇ ਤੇ ਫਿਰ ਉਹਰ ਗੱਲ ਹੀ ਉਹ ਵੀ ਦਿਨਾਂ ਦੇ ਪੈਣੀ ਸੀ ਦਿਨਾਂ ਦੇ ਪੈਣੀ ਜੇ 1.5 ਮਹੀਨਾ ਹੋਇਆ ਵਿਆਹ ਉਹ ਤੇ ਗੱਲ ਇਹ ਲੋਕਾਂ ਨੇ ਕਹਿਣਾ ਵੀ ਘਰੇ ਇਹਨੇ ਕਿਤੇ ਕਟਾ ਕੇ ਤੋਂ ਦਿੱਤੀ ਉਹੀ ਗੱਲ ਲੋਕਾਂ ਨੇ ਮੂੰਹ ਫੜਦੇ ਨੇ ਨਾ ਨਾ ਹਾਂ ਲੋਕੀ ਤਾਂ ਯਾਰ ਗੱਲ ਲੱਭਦੇ ਫਿਰਦੇ ਅੱਜ ਤੱਕ ਹੋਰ ਕੀ ਹੈ ਤੇ ਗੱਲ ਲੱਭੇ ਤੇ ਤੁਹਾਡਾ ਹੀ ਚਲੋ ਤੁਸੀਂ ਨਾ ਗੱਲ ਗੁੱਲ ਕਰਿਓ ਤੇ ਕੋਈ ਨਹੀਂ ਬਣ ਜਾਊਗਾ ਸੋਨਾ ਫਿਰ ਨਹੀਂ ਨਹੀਂ ਆਪਾਂ ਨਹੀਂ ਗੱਲ ਕਰਦੇ ਕੋਈ ਨਹੀਂ ਉਹ ਮੈਂ ਤੁਹਾਨੂੰ ਸਮਝਾਉਂਦਾ ਸਾਰਿਆਂ ਨੂੰ ਜੀਤ ਨਹੀਂ ਆਪੇ ਹੀ ਚੱਲ ਪਿਆ ਤੇ ਛੱਡੋ ਪਰੇ ਗੱਲ ਵੈਸੇ ਵੇਖ ਲਓ ਹੈ ਤੇ ਵਿਚਾਰੇ ਮਾੜੇ ਜੇ ਆ ਪਰ ਜਾਣ ਲੱਗੀ ਆਪਣੀ ਧੀ ਨੂੰ ਫਿਰ 500 ਰੁਪਇਆ ਦੇ ਗਈ ਆ ਸਗੋਂ ਮੈਨੂੰ ਵੇਖ ਕੇ ਨਾ ਬੜਾ ਧੱਕਾ ਜਾ ਲੱਗਾ ਵੀ ਕੀ ਆ ਹਨਾ ਨਾਮ ਕੁਛ ਕਹਿਣ ਜੋਗੀ ਵੀ ਚੱਲ ਆਪਣੀ ਧੀ ਨੂੰ ਦੇਣ ਡਈ ਆ ਉਹ ਚਲੋ ਜੀ ਸਾਰੇ ਚੰਗੇ ਆ ਕਿਤਰਾ ਕਰ ਜੋ ਬੰਦੇ ਤੇ ਕਰ ਬੰਬੀ ਤੇ ਗੱਲਾਂ ਵਾ ਚਾਹ ਪਾ ਚਾਹ ਪਾ ਦਾਂ ਹਾਂ ਚਲੋ ਠੀਕ ਮੈਂ ਲੈ ਜਾ ਆਪਣੇ ਪੇਕੇ ਜਾਣੀ ਆ ਛੇਤੀ ਆ ਗਈ ਤੇ 4-4 ਦਿਨ ਲਾ ਕੇ ਪਾਣੀ ਲਿਆ ਦੇਣੀ ਆ ਗਲਾ ਸੁੱਕ ਜਾਣਾ ਗਲਾ ਸੁੱਕ ਜਾਣਾ ਵੇਲਾ ਕਿੱਦਾਂ ਜਵਾਬ ਦਿੰਦੀ ਆ ਉਹ ਤੁਹਾਨੂੰ ਵੀ ਪਤਾ ਨਾ ਜੀ ਆ ਕੇ ਜਾਣੀ ਆ ਤੇਰੀ ਮਾਂ ਨੂੰ ਫੋਨ ਲਾ ਤੈਨੂੰ ਤਾਂ ਬੋਲਣਾ ਨਹੀਂ ਸਖਾਲਿਆ ਜਾਂਦਾ ਹੈਗਾ ਉਹ ਚਲੋ ਛੱਡੋ ਬੜੇ ਮੰਮੀ ਉਹ ਗਏ ਨੇ ਪਾਣੀ ਲੈਣ ਪਾਣੀ ਪੀਓ ਪਹਿਲਾਂ ਵੇਖਣਾ ਹੈ ਤੇਰੀਆਂ ਭੈਣ ਦੀਆਂ ਸਿਫਤਾਂ ਕਿੱਦਾਂ ਡਈ ਉਹ ਕਰਦੀ ਆਂਦੀ ਕਿਤੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਹੈਗੀ ਤੇ ਅੱਗੇ ਪਿੱਛੇ ਮੇਰੇ ਫਿਰਦੀ ਹੈ ਤੇ ਮਨ ਖੁਸ਼ ਹੋ ਗਿਆ ਵੀ ਮੇਰੀ ਧੀ ਦੀ ਕਹਿੰਦੇ ਸਿਫਤ ਕੀਤੀ ਹੈ ਕਿਤੇ ਇਹਦੀ ਵੀ ਕਰਨ ਦਾ ਮੌਕਾ ਮਿਲੇ ਇਹਨੂੰ ਤੇ ਇੰਨੀ ਮਾਤੀ ਨਹੀਂ ਕਿਹਾਗੀ ਉਹ ਚਲੋ ਪਿੱਛੋਂ ਜਦੋਂ ਅਗਲੇ ਮਿਲਦੀ ਫੇਰੀ ਸੀ ਨਾ ਹੁਣ ਪਿੱਛੇ ਵੀ ਇੱਦਾਂ ਦੀ ਇਹਦੇ ਮੈਂ ਇੱਕ ਹਿਸਾਬ ਲਾਇਆ ਜਦੋਂ ਵੀ ਮੁੰਡਾ ਵਿਆਹਣਾ ਨਾ ਸੋਚ ਸਮਝ ਕੇ ਵਿਆਹਣਾ ਚਾਹੀਦਾ ਅੱਗੋਂ ਵੇਖੇ ਵੀ ਜੀ ਕਿਸ ਤਰ੍ਹਾਂ ਦੇ ਆ ਜੱਗੀ ਤੈਨੂੰ ਵੀ ਮਾਸਾ ਆ ਕਰਦੀ ਹੈ ਜੇ ਇਹਦੀ ਥੋੜ੍ਹੀ ਬਹੁਤੀ ਜਵਾਨ ਵੱਡੀ ਹੋਵੇ ਤਾਂ ਭਲਾ ਇੱਡਾ ਟਕ ਟਕ ਗੱਲਾਂ ਕਰੇ ਇਹਨੂੰ ਤਾਂ ਡਰ ਖਤਰਾ ਹੀ ਨਹੀਂ ਚਾਹੀਦਾ ਹੈਗਾ ਤੂੰ ਉੱਦਾਂ ਨਾ ਹੋਏ ਮੇਰੇ ਦੁਆਰੇ ਹੋਣ ਦਾ ਹੀ ਪਤਾ ਵਾ ਮੈਂ ਨਹੀਂ ਪੀਂਦੀ ਪਾਣੀ ਪੀ ਲਾ ਤੂੰ ਆਪੇ ਉਹਦੇ ਵਿੱਚ ਮਤਾ ਹੁਣ ਮੇਰੇ ਕੀ ਕਸੂਰ ਆਇਆ ਤੂੰ ਮੇਰੇ ਦੁਆਲੇ ਹੋ ਜਾ ਹੁਣ ਆ ਗਏ ਹੋ ਆ ਗਈ ਆ ਇੰਨਾ ਮਨ ਖੁਸ਼ ਹੋਇਆ ਨਾ ਕਿਤੇ ਧੀ ਦੀਆਂ ਸਿਫਤਾਂ ਕਰਦੀ ਤੇ ਬੁੱਲ ਜੱਟੀ ਦੇ ਸੁੱਕਦੇ ਸੀ ਭੈਣ ਜੀ ਪਤਾ ਨੀ ਕਿਹੜੀ ਮਾਂ ਨੇ ਜੰਮੀ ਏਡੀ ਚੰਗੀ ਕਦੀ ਜਵਾਬ ਨੀ ਅੱਗੇ ਦਿੱਤਾ ਸਾਰਾ ਕੰਮ ਕਰਦੀ ਹੈ ਚੱਲ ਵਧੀਆ ਨਾ ਸਾਰੇ ਠੀਕ ਠਾਕ ਆ ਨਾ ਬੜੇ ਖੁਸ਼ ਹੋ ਤੇ ਕਿਤੇ ਸਾਡੀ ਕੁੜੀ ਦੇ ਹੱਥੀ ਛਾਵਾਂ ਕਰਨ ਡਏ ਨੇ ਉਹ ਚੱਲ ਇਹੋ ਹੀ ਹੁੰਦਾ ਵਾ ਧੀ ਪੁੱਤਰੀ ਅੱਗੇ ਇੱਜ਼ਤ ਹੋਵੇ ਹੋਰ ਕੀ ਚਾਹੀਦਾ ਵਾ ਤੇ ਆ ਜਿਹੜੀ ਤੇਰੀ ਨੂੰਹ ਵਾ ਆਈ ਹੈ ਤੇ ਪਾਣੀ ਵੀ ਨਹੀਂ ਪਿਆ ਲਿਆ ਤੇ ਗਲ ਪੈ ਗਈ ਹੁੰਦੀ ਦੀ ਓਏ ਐਵੇਂ ਨਾ ਉਹਦਾ ਸਿੰਗੜ ਆਇਆ ਕਰ ਤੈਨੂੰ ਪਤਾ ਤਾਂ ਹੁਣ ਜਿੱਦਾਂ ਦੀ ਹੈਗੀ ਆ ਹੁਣ ਉਹ ਹੀ ਰਹਿਣੀ ਆ ਹੋਰ ਤੇ ਆ ਨਹੀਂ ਜਾਣੀ ਜੇ ਇਹਨੂੰ ਵੀ ਮੱਤ ਹੋਵੇ ਤੇ ਮੇਰੀਆਂ ਵੀ ਅੰਦਰਾਂ ਸੌਖੀਆਂ ਹੋਣ ਤੂੰ ਹੁਣ ਅੰਦਰਾਂ ਉਂਦਰਾਂ ਆਪਣੀਆਂ ਸੌਖੀਆਂ ਕਰ ਹੁਣ ਜਿਹੜੀਆਂ ਸੜਦੀਆਂ ਸੜਨ ਦੇ ਕੱਖ ਨਹੀਂ ਉਹ ਚੱਲਿਆ ਟਾਈਮ ਘੱਟ ਆਪਣਾ ਬਾਕੀ ਸੁਣਾ ਸਾਰਾ ਠੀਕ ਆ ਉੱਥੇ ਸਾਰੀਆਂ ਠੀਕ ਆ ਹਾਂ ਸਹਿਜੇ ਗੱਲ ਕਰ ਇੱਕ ਤੇ ਕਿਤੇ ਵੇਖ ਹੀ ਨਾ ਲੈਣ ਦੇਵੇਂ ਜਾਨੇ ਨਹੀਂ ਨਹੀਂ ਕੁੜੀ ਨੇ ਮੈਨੂੰ ਸਮਾਨ ਦੇ ਦਿੱਤਾ ਅੱਛਾ ਅਟੂਮਾ ਆਪਣੀ ਅੱਛਾ ਇਹ ਹੁਣ ਮੈਂ ਨਹੀਂ ਗਿਆ ਰੱਖਣੀ ਇਹ ਆਪੇ ਰੱਖ ਲਾ ਉਹਨੂੰ ਜੱਗੀ ਨੇ ਖੱਤੇ ਨੂੰ ਨਾ ਪਤਾ ਲੱਗੇ ਉਹਨੇ ਫੂਕ ਦੇਣਾ ਹੀ ਉਹ ਇਦਾਂ ਹੀ ਪੜਦੇ ਵੇਖ ਲਿਆ ਤਾਂ ਉਹਨਾਂ ਨੇ ਤਾਂ ਮਿੰਟ ਨਹੀਂ ਲਾਉਣਾ ਹੈਗਾ ਆ ਸਾਂਭ ਲਾ ਆਪਣਾ ਇਹ ਸਾਂਭ ਲੈਣਾ
ਹੋਰ ਬਾਕੀ ਠੀਕ ਠਾਕ ਸੀ ਸਭ ਵਿਚਾਰੀ ਨੇ 500 ਰੁਪਇਆ ਦਿੱਤਾ ਕਿ ਮੇਰੀ ਸੱਸ ਦੇ ਹੁੰਦੇ ਆ ਮੈਨੂੰ ਦੇ ਦੇ ਮੰਮੀ ਤੇਰੇ ਕੋਲ ਤਾਂ ਗਈ ਹੈਗੇ ਨਹੀਂ ਉਹ ਚੱਲ ਹੁਣ ਉਹ ਕੁੜੀਆਂ ਪੜਦੇ ਰੱਖਦੀਆਂ ਹੀ ਆ ਜਦੋਂ ਪਤਾ ਹੈ ਵੀ ਘਰ ਗਰੀਬ ਆ ਤੇ ਉਦਾਂ ਨਾ ਮੈਨੂੰ ਇੰਨਾ ਮਜ਼ਾ ਆਇਆ ਜਾਂ ਨਾ ਮੇਰਾ ਜੀ ਨਾ ਕਰੇ ਉੱਥੋਂ ਉੱਠਣ ਕਿਤੇ ਏਡਾ ਸੋਹਣਾ ਘਰ ਵੀ ਕਿਤੇ ਕੱਚਾ ਥਾਂ ਮਾਸਾ ਨਹੀਂ ਉਹ ਘਰ ਤੇ ਤੂੰ ਕਿਹੜੀ ਪਹਿਲੀ ਵਾਰੀ ਗਈ ਹੈ ਉਹ ਤਾਂ ਸਾਨੂੰ ਪਤਾ ਹੀ ਆ ਵੀ ਚੰਗਾ ਭਲਾ ਉੱਥੇ ਕਿਸੇ ਚੀਜ਼ ਦੀ ਘਾਟ ਨਹੀਂ ਗੀ ਤੇ ਵਧੀਆ ਵਾ ਖਾਂਦੇ ਪੀਂਦੇ ਆ ਤੇ ਕੁੜੀ ਮਜ਼ੇ ਕਰਨ ਡਈ ਹੋਰ ਕੀ ਚਾਹੀਦਾ ਵਾ ਕਿਤੇ ਏਸੀ ਲੱਗਾ ਤੇ ਠੰਡੀ ਹਵਾ ਜਿੱਦਾਂ ਜਨਵਰੀ ਮਹੀਨਾ ਹੁੰਦਾ ਤੇ ਕਿਤੇ ਮਜ਼ਾ ਆਇਆ ਅੰਦਰੋਂ ਬਾਹਰ ਨਿਕਲਣ ਨੂੰ ਜੀ ਨਾ ਕਰੇ ਸੜੀ ਹਵਾ ਪਈ ਅੰਦਰ ਤੱਤੀ ਅੱਗੋਂ ਅੱਛਾ ਤੇ ਅੰਦਰ ਬੈਠੀ ਬੜਾ ਹੀ ਮਜ਼ਾ ਆਇਆ ਮੇਰਾ ਜੀ ਨਹੀਂ ਕਰਦਾ ਉਦਾਂ ਹੁਣ ਚੱਲ ਮੇਰੀ ਧੀ ਦੀ ਉਦਾਂ ਕਿਸਮਤ ਚੰਗੀ ਆ ਵਧੀਆ ਘਰ ਚਲ ਗਈ ਆ ਐਸ਼ ਕਰਨ ਡਈ ਉਹ ਠੀਕ ਵਾ ਠੀਕ ਵਾ ਆਪੋ ਆਪਣੇ ਕਰਮ ਹੁੰਦੇ ਹਰ ਬੰਦੇ ਦੇ ਉਦਾਂ ਪਤਾ ਕੀ ਆਂਦੀ ਸੀ ਆਂਦੀ ਸੀ ਕਿ ਇਹ ਟੂਮਾ ਉਦਾਂ ਸਾਂਭ ਲਿਓ ਫਿਰ ਵੀ ਮੈਂ ਆਊਂਗੀ ਤੇ ਫਿਰ ਤੁਹਾਨੂੰ ਦੱਸਾਂਗੀ ਚਲੋ ਜਿੱਦਾਂ ਕਹੂਗੀ ਉਦਾਂ ਕਰ ਲਾਂਗੇ ਲੈ ਤੇ ਤੂੰ ਆਈ ਆ ਨਾ ਲੈ ਮੈਂ ਆਈ ਆ ਚੌਣੇ ਨੂੰ ਨਾ ਪਤਾ ਲੱਗ ਜੇ ਉਹ ਨਹੀਂ ਪਤਾ ਲੱਗਦਾ ਜੇ ਦੱਸੇਂਗੀ ਤੇ ਤਾਂ ਹੀ ਪਤਾ ਲੱਗਣਾ ਮੈਂ ਨਹੀਂ ਨਾ ਲੈਣਾ ਜਦੋਂ ਤੈਨੂੰ ਮੋਹ ਆਉਂਦਾ ਨਾ ਪੁੱਤ ਦਾ ਜ਼ਿਆਦਾ ਉਹਨੂੰ ਦੱਸ ਦਿੰਦੀ ਆ ਤੂੰ ਸਾਰਾ ਕੁਝ ਹਾਂ ਨਹੀਂ ਆਉਣਾ ਉਹ ਦਿਨ ਤੇ ਮੈਨੂੰ ਤਰਸਾ ਆ ਗਿਆ ਸੀ ਚੱਲ ਇਹ ਵੀ ਕੋਈ ਕੱਪੜਾ ਬਣਾ ਲੂਗਾ ਤੇ ਮੈਨੂੰ ਕੀ ਪਤਾ ਸੀ ਡੈਨ ਦੂਜੀ ਨੇ ਲਿਆਉਣੇ ਉਹ ਛੱਡ ਥਾਂ ਜੋ ਹੈਗਾ ਵਾ ਜਿੱਦਾਂ ਹੈਗਾ ਠੀਕ ਹੀ ਠੀਕ ਵਾ ਤੇ ਹੁਣ ਆਪ ਸਾਂਭ ਲਿਓ ਇਹ ਨਾ ਵੋਟੀ ਹੱਥ ਫੇਰਦੀ ਮੈਂ ਇਹਨੂੰ ਕਿਤੇ ਕੱਢਣ ਡਿਆ ਮੈਂ ਟੋਇਆ ਕੱਢ ਕੇ ਦੱਬ ਦੇਣਾ ਇਹਨੂੰ ਇਹ ਵੇਲੀ ਟੋਇਆ ਕੱਢ ਕੇ ਨੱਪ ਛੱਡੋ ਮੈਂ ਤੂੰ ਵੇਖੀ ਸਹੀ ਮੈਂ ਪਤਾ ਨਹੀਂ ਲੱਗਣਾ ਕਿ ਇਹ ਘਰ ਚੀਜ਼ ਰੱਖੀ ਤੇ ਉਹਨੇ ਹਰ ਇੱਕ ਚੀਜ਼ ਖੋਲਦੀ ਪੱਤ ਪੱਤ ਖੋਲਦੀ ਮੈਂ ਨਾ ਰੱਬ ਨੂੰ ਪਤਾ ਹੋਊਗਾ ਕਿੱਥੇ ਦੱਬਿਆ ਹੋਰ ਬੰਦੇ ਨੂੰ ਨਾ ਕਿਸੇ ਨੂੰ ਪਤਾ ਲੱਗੂ ਮੇਰੇ ਲਾਗੇ ਵੀ ਨਾ ਲਈ ਕਿਤੇ ਅੰਤਰੇ ਮੈਨੂੰ ਪਤਿਆ ਕੇ ਮੇਰੇ ਕੋਲ ਹੀ ਨਾ ਲੈ ਲੈ ਉਹ ਨਹੀਂ ਕਿਤੇ ਵੀ ਤੇਰੇ ਕੋਲ ਲੈ ਲੈਂਦੇ ਤੂੰ ਦੱਸੀ ਨਾ ਬਸ ਠੀਕ ਆ ਕਿ ਨਹੀਂ